ये देखो ये भाई अपनी जिहड़ी जान जोखम च पा के ये टपेगा, इन्ने मोटे मोटे सूए ये लागा दिमाग ओए सेक च नहीं वीडियो चाचा ओ चाचा सेक चिल्ली उठ जा भाई। सत श्री अकाल जी, मैं तुहाडा दिल रंधावा ते अज एक होर नवे ब्लॉग दे नाल आ चुके हां ते इह अपने नाल बाइक बैठा आ जीरो लैवल म्यूजिक ते कंबोज साहब कंबोज कंबोज साहब ते बाकी हुण आपां पहला खाना पीना कर लिए थोड़ा जा ठंडी दी बोतल लै आए ते नाल इह भुख लगी बहुत जोर दी ते रस्ते नींबू पानी पीता सीगा ते गल्लबात बनी नहीं, हुण गल्लबात दुबारा बनावांगे ते फिर आपां चलांगे ताजमहल देखण ਕੁਰਸ਼ੇਤਰ ਦਾ ਹਰਿਆਣੇ ਦਾ ਤਾਜਮਹਿਲ ਜਿਹਨੂੰ ਸ਼ੇਖ ਚਿੱਲੀ ਦਾ ਮਕਬਰਾ ਵੀ ਕਿਹਾ ਜਾਂਦਾ ਆ ਅਤੇ ਆਪਾਂ ਵੀ ਸ਼ੇਖ ਚਿੱਲੀ ਬਣ ਜਾਈਏ ਅਤੇ ਖਾ ਪੀ ਕੇ ਸ਼ੇਖ ਚਿੱਲੀ ਬਣ ਕੇ ਅਤੇ ਫਿਰ ਸ਼ੇਖ ਚਿੱਲੀ ਦਾ ਮਕਬਰਾ ਦੇਖਾਂਗੇ। ਅਤੇ ਬਾਕੀ ਜਿਹੜੇ ਮੇਰੇ ਵੀਰ ਆਏ ਆ ਚੈਨਲ ਦੇ ਉੱਤੇ ਲਾਈਕ ਕਮੈਂਟ ਦੇਣ ਸ਼ੇਅਰ ਕਰ ਦਿਓ, ਉਮੀਦ ਹੈ ਕਿ ਤੁਸੀਂ ਸਾਰੇ ਕਰਦੇ ਹੋ, ਕਹਿਣਾ ਮੰਨ ਲੈਂਦੇ ਹੋ, ਚੰਗੇ ਬੱਚੇ ਹੋ। ਅਤੇ ਹੁਣ ਆਪਾਂ ਚੱਲਦੇ ਹਾਂ ਅੰਦਰ, ਪਹਿਲਾਂ ਖਾ ਪੀ ਲਈਏ ਠੀਕ ਆ ਜੀ। ਸੌਦਾ ਪੱਤਾ ਖੋਲ੍ਹ ਕੇ ਬੈਠੇ ਹਾਂ ਆਪਾਂ, ਇਹ ਵੀ ਬਾਈ ਵੀ ਆਪਾਂ ਵੀ, ਅਤੇ ਇਹ ਹੈਗਾ ਬਾਹਰ ਦਾ ਵਿਊ। ਜਦੋਂ ਆਪਾਂ ਆਏ ਸੀਗੇ ਪਹਿਲਾਂ ਤਾਂ ਇਹ ਰੈਨੋਵੇਟ ਹੋ ਰਿਹਾ ਸੀਗਾ ਅਤੇ ਉਸ ਟਾਈਮ ਕੀ ਸੀਗਾ ਇਹ ਸ਼ਾਮ ਦਾ ਟਾਈਮ 6 ਵਜੇ ਬੰਦ ਹੋ ਗਿਆ ਸੀਗਾ। ਅਤੇ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਾਂਗੇ, ਬਸ ਖਾ ਪੀ ਲਈਏ, ਥੋੜ੍ਹੇ ਟਾਈਮ ਬਾਅਦ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਾਨੂੰ ਸਬਸਕ੍ਰਾਈਬਰ ਮਿਲ ਗਏ ਸਾਡੇ ਦੋ, ਅਤੇ ਆ ਜਾਓ ਬਈ, ਕਹਿੰਦੇ ਆਟੋਗ੍ਰਾਫ ਲੈਣਾ। ਇੱਕ ਤਾਂ ਸਬਸਕ੍ਰਾਈਬਰ ਉਹ ਚਲੇ ਗਿਆ ਮਿਲ ਕੇ, ਇੱਕ ਸਬਸਕ੍ਰਾਈਬਰ ਇਹ ਰਿਹਾ। ਹਾਂ ਬਾਈ ਕਿੱਦਾਂ ਰਿਹਾ ਬਾਈ? ਹੁਣ ਆਪਾਂ ਚੱਲੀਏ, ਖਾ ਪੀ ਲਿਆ, ਹੁਣ ਆਪਾਂ ਹੁਣ ਚੱਲਦੇ ਹਾਂ ਬਾਈ, ਲੇਟ ਹੋ ਗਿਆ, ਨਹੀਂ ਤਾਂ ਆਪਾਂ ਨੂੰ ਇੱਕ ਦੋ ਜਗ੍ਹਾ ਹੀ ਦੇਖਣ ਨੂੰ ਮਿਲਣੀ ਆ, ਅਤੇ ਚੱਲੀਏ ਫਿਰ ਬਾਈ ਆਪਾਂ, ਅਤੇ ਦੇਖਦੇ ਹਾਂ ਟਿਕਟਾਂ ਦਾ ਕੀ ਹਿਸਾਬ ਕਿਤਾਬ ਹੈ ਬਾਈ। ਟਿਕਟ ਮਿਲ ਜੂਗੀ? ਔਫਲਾਈਨ ਹੈਗੀ? ਔਨਲਾਈਨ ਕੀ ਸਕੈਨ ਕਰਨਾ ਪਊਗਾ? ਪੇਟੀਐਮ ਵੀ ਸਕੈਨ ਕਰਨਾ ਪੈਣਾ ਹੈ, ਹੁਣ ਆਪਾਂ ਨੂੰ ਵੀਡੀਓ ਬੰਦ ਕਰਨੀ ਪੈਣੀ ਤਾਂ ਸਕੈਨ ਕਰਨਾ ਪੈਣਾ ਆ। ਲਓ ਜੀ ਬਾਬੇ, ਉਹ ਆਪਾਂ ਕਰਾ ਲਈ ਟਿਕਟ, ਔਨਲਾਈਨ ਟਿਕਟ ਕਰਾਈ ਆ, ਅਤੇ ਇਹ ਹੈਗਾ ਇੱਥੇ ਦਾ ਸਕੈਨਰ ਕੋਡ, ਅਤੇ ਇਹ ਲਾਈਨਾਂ ਟਿਕਟ ਕਰਕੇ ਲੱਗੀਆਂ ਮੇਰੇ ਬਾਬਿਓ। ਅਤੇ ਹੁਣ ਆਪਾਂ ਚੱਲੇ ਅੰਦਰ, ਇਹ ਹੈਗਾ ਆ ਤਾਜਮਹਿਲ ਕੁਰਸ਼ੇਤਰ ਦਾ, ਜਿਹਨੂੰ ਕਹਿੰਦੇ ਆ ਸ਼ੇਖ ਚਿੱਲੀ ਦਾ ਮਕਬਰਾ, ਅਤੇ ਇਹਦਾ ਇਤਿਹਾਸ ਇਹ ਲਿਖਿਆ ਹੋਇਆ ਆ। ਬਾਕੀ ਇਤਿਹਾਸ ਨਾਲ ਚਾਨਣਾ ਤੁਹਾਨੂੰ ਬਾਅਦ 'ਚ ਪਾਵਾਂਗੇ ਇਹਦੇ। ਹੁਣ ਚੱਲਦੇ ਆਪਾਂ ਅੰਦਰ, ਇਹ ਹੈਗਾ ਮੇਰੇ ਵੀਰੋ ਐਂਟਰੀ ਗੇਟ ਠੀਕ ਆ ਜੀ। ਅਤੇ ਹੁਣ ਆਪਾਂ ਜਾ ਰਹੇ ਹਾਂ ਉੱਤੇ ਵਾਲੀ ਸਾਈਡ ਨੂੰ, ਲੈ ਵੀ ਦੋ ਸੇਕ ਚਿੱਲੀ ਪਹੁੰਚ ਗਏ ਆ ਬਾਬਿਓ। ਇਹ ਹੈਗਾ ਹਾਲ ਚਾਲ ਤਾਂ ਠੀਕ ਹੈ ਜੀ, ਪਾਣੀ ਪੂਣੀ ਹੈ ਨਹੀਂ ਹੈ, ਬਾਈ ਕਹਿੰਦਾ ਜਿਹੜਾ ਡੁਬਕੀ ਮਾਰ ਲੈਣੀ ਇੱਥੇ ਗਰਤ ਨਹਾ ਕਰੀ ਆਏ। ਅਤੇ ਇੱਧਰ ਉੱਪਰ ਵਾਲੀ ਸਾਹ ਚਬੂਤਰਾ ਹੈਗਾ ਆ, ਬਾਕੀ ਆਪਾਂ ਤੁਹਾਨੂੰ ਉੱਤੇ ਵੀ ਲੈ ਕੇ ਜਾਂਦੇ ਹਾਂ, ਉੱਤੇ ਜਾਣ ਦਾ ਰਸਤਾ ਉਹ ਉੱਥੇ ਹੈ ਉਹ ਬਾਈ ਉੱਧਰ ਦੇ ਠੀਕ ਹੈ, ਉੱਤੇ ਚੱਲਦੇ ਹਾਂ ਬਾਬੇ। ਹੁਣ ਹਰਿਆਣਾ ਦਾ ਅਤੇ ਕੁਰਸ਼ੇਤਰ ਦਾ ਤਾਜਮਹਿਲ ਜਿਹਨੂੰ ਕਿਹਾ ਜਾਂਦਾ ਆ, ਅਤੇ ਇਹ ਥਾਨੇਸਰ ਜ਼ਿਲ੍ਹਾ ਦੇ ਥਾਨੇਸਰ ਕੁਰਸ਼ੇਤਰ ਜਿਹੜਾ ਥਾਨੇਸਰ ਥਾਂ ਪੈਂਦੀ ਹੈ ਉਸ ਜਗ੍ਹਾ ਦੇ ਉੱਤੇ ਇਹ ਹੈਗੀ ਹੈ। ਪੂਰੀ ਦੀ ਪੂਰੀ ਜਗ੍ਹਾ ਇਹ ਆਪਣਾ ਸ਼ੇਖ ਚਿੱਲੀ ਮਕਬਰੇ ਦੀ ਆ, ਪੂਰੀ ਦੀ ਪੂਰੀ ਥਾਂ ਤੁਸੀਂ ਦੇਖ ਸਕਦੇ ਹੋ। ਉੱਧਰ ਪਰਾਂ ਉਹਨਾਂ ਦੇ ਅੰਸ਼ ਵੀ ਆਪਾਂ ਉਹ ਵੀ ਦੇਖਣ ਜਾਵਾਂਗੇ, ਅਤੇ ਆਪਾਂ ਖੁੱਲ੍ਹਾ ਟਾਈਮ ਇਹ ਮਕਬਰੇ ਨੂੰ ਦੇਖਣ ਵਾਸਤੇ ਹੀ ਆਏ ਹਾਂ, ਮਤਲਬ ਕਿ ਫਿਰ ਉਸ ਤੋਂ ਬਾਅਦ ਕਿਤੇ ਹੋਰ ਜਾਵਾਂਗੇ ਜੇ ਟਾਈਮ ਹੋਇਆ। ਅਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ੇਖ ਚਿੱਲੀ ਦੇ ਆਪਣਾ ਥਾਂ ਆ ਜਿੱਥੇ ਉਹਦੀ ਕਬਰ ਸ਼ੇਖ ਚਿੱਲੀ ਦੀ ਦਫਨਾਈ ਗਈ ਸੀਗੀ, ਅਤੇ ਸ਼ੇਖ ਚਿੱਲੀ ਦੀ ਜਿਹੜੀ ਕਬਰ ਸੀਗੀ ਉਹ ਇੱਥੇ ਹੀ ਦਫਨਾਈ ਗਈ ਸੀਗੀ। ਸ਼ੇਖ ਚਿੱਲੀ ਜਿਹੜਾ ਸੀਗਾ ਇੱਕ ਸੂਫੀ ਸੰਤ ਸੀਗਾ, ਅਤੇ ਇੱਕ ਬੁੱਧੀਮਾਨੀ ਅਤੇ ਇੱਕ ਉਜਾਗਰਤਾ ਵਾਲਾ ਇਨਸਾਨ ਸੀਗਾ, ਅਤੇ ਜਿਹੜਾ ਇਹਦਾ ਨਿਰਮਾਣ ਕੀਤਾ ਸੀਗਾ ਜਿਹਦਾ ਇਹ ਸ਼ੇਖ ਚਿੱਲੀ ਦਾ ਮਕਬਰਾ, ਇਹਦਾ ਨਿਰਮਾਣ ਆਪਣਾ ਜਿਹੜਾ ਸ਼ਾਹਜਹਾਂ ਦਾ ਪੁੱਤਰ ਸੀਗਾ ਉਹਨੇ ਕਰਵਾਇਆ ਸੀਗਾ। ਅਤੇ ਇਹਦੇ 'ਤੇ ਜਿੰਨਾ ਵੀ ਕੰਮ ਹੋਇਆ ਆ, ਲਾਲ ਪੱਥਰ ਦਾ ਜਿਹੜਾ ਬਾਲੂ ਹੈ ਉਹਦੇ ਨਾਲ ਕੰਮ ਹੋਇਆ ਆ ਪੂਰੇ ਦੇ ਪੂਰੇ ਜਿਹੜਾ ਸ਼ੇਖ ਚਿੱਲੀ ਦਾ ਮਕਬਰਾ।
कुछ हिस्सा तो खराब हो गया, बर्बाद हो गया। जिहड़ा हिस्सा इहदा हैगा आ उह तुहाडे सामणे असीं रूबरू तुसीं देख सकदे हो। तो इहदे अंदर भी कहिंदे आ कि अपना हैगी आ थां, पर इहनूं लोक लै होया आ। ਉੱਥੇ ਇੱਕ ਪੀਰ ਫਕੀਰ ਦੀ ਜਗ੍ਹਾ ਬਣਾਈ ਹੋਈ ਹੈ ਅਤੇ ਸ਼ੇਖ ਚਿੱਲੀ ਦੀ ਜਿਹੜੀ ਕਬਰ ਸੀਗੀ ਉਸ ਜਗ੍ਹਾ ਦੇ ਉੱਤੇ ਦਫਨ ਹੈ, ਠੀਕ ਹੈ ਜੀ। ਅਤੇ ਸਕੂਲ ਦੇ ਬੱਚੇ ਵੀ ਇੱਥੇ ਆਏ ਹੋਏ ਆ ਅਤੇ ਗੱਲਬਾਤ ਪੂਰੀ ਐਂਡ ਹੈ, ਠੀਕ ਹੈ ਜੀ। ਅਤੇ ਇਹ ਪੂਰੀ ਦੀ ਪੂਰੀ ਦੂਰ ਦੂਰ ਤੱਕ ਜਿੱਥੇ ਜਿੱਥੇ ਖਾਲੀ ਥਾਂ ਹੈ ਨਾ, ਇਹ ਸਾਰੀ ਇਸ ਮਕਬਰੇ ਦੀ ਪੂਰੀ ਮਤਲਬ ਉਹਦੇ ਅੰਡਰ ਹੈ। ਅਤੇ ਆਪਾਂ ਉੱਧਰ ਵਾਲੀ ਸਾਈਡ ਵੀ ਜਾ ਕੇ ਆਵਾਂਗੇ, ਦੇਖ ਕੇ ਆਵਾਂਗੇ ਜਿੱਥੇ ਬਰਬਾਦ ਬਣੇ ਹੋਏ ਆ ਜਿਨ੍ਹਾਂ ਦੇ ਇਹਨਾਂ ਦੇ ਥਾਵਾਂ ਨੇ। ਅਤੇ ਇਹ ਹੈਗੇ ਬੱਚੇ, ਠੀਕ ਹੈ ਜੀ। ਹੁਣ ਚੱਲਦੇ ਹਾਂ ਆਪਾਂ ਉਹ ਮਕਬਰੇ ਦੇ ਅੰਦਰ, ਦੇਖਦੇ ਹਾਂ ਕੀ ਹਿਸਾਬ ਕਿਤਾਬ। ਇਹ ਹੈਗਾ ਆ ਛੋਟਾ ਜਿਹਾ ਚਾਰ ਬਾਗ, ਜੋ ਕਿ ਥੱਲੇ ਵਾਲੀ ਬਿਲਡਿੰਗ ਦੇ ਵਿੱਚ ਆ, ਸੈਕਿੰਡ ਫਲੋਰ 'ਤੇ ਹੈਗਾ ਆ। ਅਤੇ ਇੱਧਰ ਵਾਲੀ ਸਾਈਡ ਮੇਰੇ ਬਾਬੇ ਉਹ ਹੈਗੀ ਆ ਆਪਣਾ ਲਾਇਬ੍ਰੇਰੀ ਸੰਗ੍ਰਹਾਲਿਆ, ਜੋ ਕਿ ਥਾਨੇਸਰ ਦਾ ਇਸਦਾ ਪੁਸਤਕਾਲਿਆ ਹੈ, ਜਿਹੜਾ ਇਤਿਹਾਸ ਇਹਦੇ ਬਾਰੇ ਪੂਰਾ ਤੁਸੀਂ ਆ ਕੇ ਪੜ੍ਹ ਸਕਦੇ ਹੋ। ਅਤੇ ਇਹ ਬਹੁਤ ਜ਼ਿਆਦਾ ਪੁਰਾਤਨ ਹਵੇਲੀ ਹੈ, ਅਤੇ ਮਤਲਬ ਕਿ ਉਸ ਟਾਈਮ ਦਾ ਮਹਿਲ ਸੀਗਾ ਇਹ ਮਕਬਰਾ, ਜਿਹੜਾ ਟੋਮ ਕਹਿੰਦੇ ਆ। ਇੱਧਰ ਵਾਲੀ ਸਾਈਡ ਉਸ ਟਾਈਮ ਦੇ ਉੱਤੇ ਮਸਜਿਦ ਸੀਗੀ, ਮਦਰਸਾ, ਠੀਕ ਹੈ ਜੀ। ਆਪਾਂ ਮਦਰਸਾ ਵੀ ਤੁਹਾਨੂੰ ਲੈ ਕੇ ਜਾਵਾਂਗੇ, ਠੀਕ ਹੈ ਜੀ। ਅਤੇ ਇੱਧਰ ਪੂਰਾ ਪੂਰਾ ਥਾਨੇਸਰ ਆ ਜਾਂਦਾ। ਅਤੇ ਪਰਲੀ ਸਾਈਡ ਜਿਹੜੀ ਤੁਸੀਂ ਦੇਖਦੇ ਹੋ ਹਾਈਟ ਦੇ ਵਿੱਚ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਹੈ, ਇਹ ਮੰਦਰ ਤਿਆਰ ਹੋ ਰਿਹਾ ਹੈ। ਮੇਰੇ ਹਿਸਾਬ ਨਾਲ 18 ਮੰਜ਼ਲੀ ਆ, ਪਾਣੀ ਤਕਰੀਬਨ 18 ਮੰਜ਼ਲੀ ਹੈਗਾ ਇਹ। ਬ੍ਰਹਮ ਸਰੋਵਰ ਦੇ ਸਾਹਮਣੇ ਵਾਲੀ ਸਾਈਡ ਹੈ। ਅਤੇ ਇਹ ਉਸ ਟਾਈਮ ਦੇ ਉੱਤੇ ਮਸਜਿਦ ਹੁੰਦੀ ਸੀਗੀ, ਮਦਰਸਾ, ਜਿੱਥੇ ਆ ਕੇ ਇਹ ਨਮਾਜ਼ ਨਮੂਜ਼ ਪੜ੍ਹਦੇ ਸੀਗੇ, ਠੀਕ ਹੈ ਜੀ। ਅਤੇ ਆਪਾਂ ਇੱਧਰ ਵੀ ਤੁਹਾਨੂੰ ਲੈ ਕੇ ਜਾਵਾਂਗੇ ਜੇ ਰਸਤਾ ਖੁੱਲ੍ਹਿਆ ਹੈਗਾ। ਅਤੇ ਇਹ ਪੂਰੀ ਦੀ ਪੂਰੀ ਥਾਂ ਤੁਸੀਂ ਦੇਖ ਸਕਦੇ ਹੋ, ਪੂਰੀ ਦੀ ਪੂਰੀ ਮਸਜਿਦ ਦੀ ਅਦੀ ਸ਼ੇਖ ਚਿੱਲੀ ਦੀ ਸੀਗੀ। ਅਤੇ ਹੁਣ ਆਪਾਂ ਚੱਲਦੇ ਹਾਂ ਉਹ ਵਾਈਟ ਮਕਬਰੇ ਵਾਲੀ ਸਾਈਡ ਨੂੰ, ਟੋਮ। ਇਹ ਜਿਹੜੀ ਨਾਲੀ ਸੀਗੀ, ਇਸ ਨਾਲੀ ਦਾ ਮੈਂ ਇਹ ਸਾਡੇ ਇਤਿਹਾਸਕਾਰਾਂ ਨੇ ਦੱਸਿਆ ਹੈ ਕਿ ਭਾਈ ਕਿਹਦੇ ਵਾਸਤੇ ਇਤਿਹਾਸਕਾਰ ਜਿਹਦੇ ਨਾਲ ਸਾਡੇ ਜਿਹੜਾ ਤੁਹਾਨੂੰ ਬਿਲਕੁਲ ਸਹੀ ਤੇ 100% ਨੌਲੇਜ ਦੇਣ, ਬਿਲਕੁਲ ਤੇ ਇਹ ਨਾਲੀ ਕਿਹਦੇ ਵਾਸਤੇ ਬਾਈ? ਜੁੱਤਾ ਜਾਤਾ ਬੱਚੇ ਬੁੱਚੇ ਛੋਟੇ। ਅੱਛਾ, ਔਰ ਬਾਈ ਇਹ ਕਿਹਦੇ ਵਾਸਤੇ ਹੈ? ਇਹ ਸਹੀ ਸਹੀ ਨੌਲੇਜ ਦਿੱਤੀ ਬਾਈ ਨੇ, ਠੀਕ ਹੈ ਜੀ। ਥੋੜ੍ਹਾ ਫੰਕਸ਼ਨ ਵੀ ਹੋਣਾ ਜ਼ਰੂਰੀ ਹੈ। ਅਤੇ ਪੂਰਾ ਦਾ ਪੂਰਾ ਇਹ ਲਾਲ ਬਾਲੂ ਨਾਲ ਬਣਿਆ ਹੋਇਆ। ਅਤੇ ਹੁਣ ਆਪਾਂ ਚੱਲਦੇ ਇੱਕ ਵਾਰ ਇੱਥੇ ਦੇਖ ਕੇ, ਅਤੇ ਫਿਰ ਆਪਾਂ ਚੱਲਦੇ ਹਾਂ ਉੱਧਰ ਵਾਲੀ ਸਾਈਡ, ਉਹ ਏਰੀਏ ਨੂੰ ਕੈਪਚਰ ਕਰਾਂਗੇ ਕੀ ਹਿਸਾਬ ਕਿਤਾਬ ਉੱਧਰ ਦਾ ਵੀ। ਅਤੇ ਚਲੀਏ ਫਿਰ ਆਪਾਂ ਬਾਈ। ਬਾਬੇ ਹੁਣ ਆਪਾਂ ਚੱਲੇ ਹਾਂ ਜਿਹੜੀ ਇਹਦੇ ਅੰਦਰ ਉਹਦੀ ਕਬਰ ਹੈਗੀ ਆ ਸ਼ੇਖ ਚਿੱਲੀ ਦੀ, ਉਹ ਤੁਹਾਨੂੰ ਦਿਖਾਉਂਦੇ ਹਾਂ। ਅਤੇ ਸੀੜੀਆਂ ਇਹਨਾਂ ਨੇ ਸਟੀਲ ਦੀਆਂ ਬਣਾਈਆਂ ਹੋਈਆਂ ਨੇ, ਬਾਕੀ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ। ਇਹ ਸ਼ੇਖ ਚਿੱਲੀ ਦੀ ਅਤੇ ਉਹਦੀ ਘਰ ਵਾਲੀ ਦੀ ਕਬਰ ਹੈਗੀ ਆ, ਤੁਸੀਂ ਦੇਖ ਸਕਦੇ ਹੋ। ਅਤੇ ਜਿੱਦਾਂ ਆਪਾਂ ਸਫਦਰਜਨ ਦਾ ਟੋਮ ਦੇਖਿਆ ਸੀਗਾ, ਉੱਥੇ ਸੀਗੀਆਂ ਕਬਰਾਂ, ਪਰ ਇਹਨਾਂ ਨੇ ਕੀ ਇੱਥੇ ਤਾਲਾ ਲਾਇਆ ਹੋਇਆ ਆ, ਕਿਉਂਕਿ ਇੱਥੇ ਸਕਿਉਰਟੀ ਹੈ ਨਹੀਂ, ਇਸ ਕਰਕੇ ਕੋਈ ਇੱਥੇ ਆ ਕੇ ਕੋਈ ਛੇੜਛਾੜ ਨਾ ਕਰ ਸਕੇ ਇਸ ਕਰਕੇ। ਅਤੇ ਇਹ ਹੈਗਾ ਬਾਈ ਸ਼ੇਖ ਚਿੱਲੀ ਦਾ ਛੋਟਾ ਭਰਾ। ਇਹ ਬੰਦੇ ਨੇ ਬਹੁਤ ਸੁਪਨੇ ਸਜਾਏ ਹੋਏ ਆ, ਪਰ ਬਾਈ ਦਾ ਇੱਕ ਵੀ ਸੁਪਨਾ ਨਹੀਂ ਹਾਲੀ ਪੂਰਾ ਹੋਇਆ। ਕਮ ਸੇ ਕਮ ਇਹਦੇ 10 ਚੈਨਲ ਹੋਣੇ ਨੇ, ਪਰ ਇਹ ਬਾਈ ਦਾ ਇੱਕ ਚੈਨਲ ਚੱਲ ਰਿਹਾ, ਦੰਗਲ ਵਾਲਾ ਚੈਨਲ ਚੱਲ ਰਿਹਾ ਇਸ ਟਾਈਮ ਦੇ ਉੱਤੇ, ਨੰਬਰ 1। ਇੱਕ ਸੁਪਨਾ ਪੂਰਾ ਕਰ ਲਿਆ ਬਾਈ ਦਾ, ਮਿਊਜ਼ਿਕ ਦਾ ਸੁਪਨਾ ਆ, ਉਹ ਵੀ ਪੂਰਾ ਕਰਾਂਗੇ ਆਪਾਂ। ਸ਼ੇਖ ਚਿੱਲੀ ਕਾ ਰੋਸ਼ਨ ਕਰ ਦਿਆ, ਇੱਕ ਸੁਪਨਾ ਪੂਰਾ ਕਰੇਗਾ। ਅਤੇ ਇੱਧਰ ਵਾਲੀ ਸਾਈਡ ਤੁਹਾਨੂੰ ਆਪਾਂ ਦਿਖਾਈ ਦਿੱਤਾ ਆ, ਹੁਣ ਚੱਲਦੇ ਹਾਂ ਆਪਾਂ ਉੱਧਰ ਵਾਲੀ ਸਾਈਡ। ਚਲੀਏ ਬਾਈ ਫਿਰ। ਚਾਚਾ ਓ ਚਾਚਾ ਸ਼ੇਖ ਚਿੱਲੀ, ਉੱਠ ਜਾ ਬਾਈ, ਉੱਠ ਜਾ। ਇਹ ਬਾਈ ਇੱਥੇ ਵੀ ਦੋ ਹੈਗੀਆਂ ਨੇ, ਕੀ ਕਹਿੰਦੇ ਨੇ, ਆਪਣਾ ਦੋ ਕਬਰਾਂ ਹੈਗੀਆਂ ਇੱਥੇ, ਇਹਦੇ ਬਾਰੇ ਨਹੀਂ ਪਤਾ। ਇਹ ਬਾਈ ਦੋ ਕਬਰਾਂ ਹੈਗੀਆਂ ਇੱਥੇ, ਅਤੇ ਬਾਕੀ ਹੁਣ ਆਪਾਂ ਚੱਲੇ ਥੱਲੇ। ਅਤੇ ਇਹ ਸ਼ੇਖ ਚਿੱਲੀ ਦਾ ਭਰਾ ਬਹੁਤ ਵਧੀਆ ਕਮੈਂਟਰੀ ਕਰਦਾ। ਅਤੇ ਹੁਣ ਬਾਬੇ ਆਪਾਂ ਚੱਲੀਏ ਥੱਲੇ, ਇੱਧਰ ਵਾਲੀ ਸਾਈਡ ਸਾਈਡ ਰਸਤਾ ਹੈਗਾ ਆ। ਅਤੇ ਹੁਣ ਆਪਾਂ ਚੱਲੇ ਉੱਧਰ ਵਾਲੀ ਸਾਈਡ। ਲਓ ਜੀ ਬਾਬੇ, ਹੁਣ ਆਪਾਂ ਚੱਲੇ ਹਾਂ ਇੱਥੇ ਥਾਨੇਸਰ ਦਾ ਸੰਗ੍ਰਹਾਲਿਆ ਜਿਹੜਾ, ਠੀਕ ਹੈ, ਪੁਰਾਤਨ ਸੰਗ੍ਰਹਾਲਿਆ। ਵੀਡੀਓ ਲਾਊਡ ਨਹੀਂ ਹੈ? ਚਲੋ ਕੋਈ ਗੱਲ ਨਹੀਂ, ਲਾਊਡ ਨਹੀਂ ਹੈ।
ਲੋ ਜੀ ਬਾਬਿਓ ਇਹ ਬਾਈ ਨੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਕੈਮਰਾ ਨਾਲ ਕਹਿੰਦਾ ਨਹੀਂ ਚਲਾਉਣਾ ਕਹਿੰਦਾ ਅਲਾਊਡ ਨਹੀਂ ਵੀਰੇ ਅਲਾਊਡ ਨਹੀਂ ਹੈ ਕਹਿੰਦਾ ਠੀਕ ਹੈ ਜੀ ਅਤੇ ਕੋਈ ਗੱਲ ਨਹੀਂ ਆਪਾਂ ਦੇਖ ਆਏ ਹਾਂ ਅੰਦਰ ਉਹੀ ਹੈ ਜਿੱਦਾਂ ਮਤਲਬ ਕਿ ਪੁਰਾਣੇ ਪੁਰਾਤਨ ਟਾਈਮ ਦੇ ਜੋ ਜੋ ਇਹਨਾਂ ਨੇ ਰੱਖਿਆ ਸੀਗਾ ਜਿਹੜੀਆਂ ਕੁਛ ਉਸ ਟਾਈਮ ਦੀਆਂ ਜਿਹੜੀਆਂ ਉਹਨਾਂ ਦੀਆਂ ਬੱਚੀਆਂ ਹੋਈਆਂ ਕੁਛ ਇਹੋ ਜਿਹੀਆਂ ਚੀਜ਼ਾਂ ਸੀਗੀਆਂ ਲੱਕੜ ਦੀਆਂ ਜਾਂ ਕੋਈ ਮੂਰਤੀਆਂ ਇੱਦਾਂ ਦੀ ਕੁਛ ਸਟਰਕਚਰ ਸੀਗੇ ਛੋਟੇ ਛੋਟੇ ਅਤੇ ਉਹ ਇਹਦੇ ਅੰਦਰ ਪਏ ਸੀਗੇ ਔਰ ਕੁਛ ਨਹੀਂ ਇਹੋ ਜਿਹਾ ਕੋਈ ਬਾਕੀ ਕੋਈ ਖਾਸ ਚੀਜ਼ ਨਹੀਂ ਸੀਗੀ ਕੋਈ ਖਾਸ ਤਾਂ ਸੀਗੀ ਮਤਲਬ ਕਿ ਪੁਰਾਣੀ ਇੱਕ ਯਾਦਾਂ ਸੀਗੀਆਂ ਉਹਦੇ ਅੰਦਰ ਪਰ ਇਹ ਕਿ ਆਪਾਂ ਕੈਪਚਰ ਨਹੀਂ ਕਰਨ ਦਿੱਤਾ ਸਾਨੂੰ ਇਹਨਾਂ ਨੇ ਬਾਕੀ ਤੁਸੀਂ ਬਾਹਰ ਤੋਂ ਦੇਖ ਸਕਦੇ ਹੋ ਆਨੰਦ ਅਤੇ ਆਪਾਂ ਹੁਣ ਚੱਲੇ ਹਾਂ ਦੂਸਰੀ ਸਾਈਡ ਜੋ ਕਿ ਤੁਹਾਨੂੰ ਹੁਣ ਦਿਖਾਉਂਦੇ ਹਾਂ ਜਾ ਕੇ ਉਹਦਾ ਫਰੰਟ ਦਾ ਵਿਊ ਜਿਹੜਾ ਉੱਥੇ ਪੁਰਾਣੀਆਂ ਜੇ ਬਰਬਾਦ ਹੋ ਚੁੱਕੇ ਆ ਉਹਦੇ ਟਾਈਮ 'ਚ ਹੁਣ ਚੱਲੇ ਆਪਾਂ ਬਾਹਰ ਵਾਲੀ ਸਾਈਡ ਇੱਧਰੋਂ ਜਿੱਧਰੋਂ ਸ਼ੇਖ ਚਿੱਲੀ ਭਰਾ ਮਿਲਿਆ ਨਹੀਂ ਅਤੇ ਸ਼ੇਖ ਚਿੱਲੀ ਦਾ ਛੋਟਾ ਭਰਾ ਮਿਲ ਗਿਆ ਸਾਨੂੰ ਅਤੇ ਹੁਣ ਆਪਾਂ ਬੈਕ ਸਾਈਡ ਦੇਖਾਂਗੇ ਉੱਧਰ ਜਾ ਕੇ ਫਿਰ ਕਰਕੇ ਫਿਰ ਆਪਾਂ ਜਾਣਾ ਆ ਜਲਦੀ ਅਤੇ ਘੰਟਾ ਡੇਢ ਇੱਥੇ ਆਪਾਂ ਇਹਨੂੰ ਕੈਪਚਰ ਕਰਨ 'ਚ ਲਾ ਤਾ ਆ ਇਹ ਸਕੈਨਰ ਹੈਗਾ ਔਨਲਾਈਨ ਟਿਕਟ ਇੱਥੇ ਹੁੰਦੀ ਆ ਮੇਰੇ ਵੀਰੋ ਠੀਕ ਹੈ ਜੀ ਕਿ ਬਾਈ ਹੁਣ ਆ ਗਏ ਆਪਾਂ ਬਾਹਰ ਅਤੇ ਇਹ ਹੈਗਾ ਇਤਿਹਾਸ ਜਿਹੜਾ ਬਾਈ ਗੌਰ ਨਾਲ ਥੋੜ੍ਹਾ ਪੜ੍ਹਨਾ ਚਾਹੁੰਦਾ ਆ ਅਤੇ ਹੌਲੀ ਹੌਲੀ ਕਰਕੇ ਪੜ੍ਹ ਸਕਦਾ ਆ ਨਹੀਂ ਨਹੀਂ ਕੋਈ ਬਾਤ ਨਹੀਂ ਚਲੀਏ ਪ੍ਰਧਾਨ ਸ਼ੇਖ ਚਿੱਲੇ ਕੁ ਬਾਈ ਅਤੇ ਬਾਈ ਆਪਾਂ ਕਰ ਲਿਆ ਰਿਕੋਰਡ ਹੁਣ ਸਾਰਾ ਕੁਛ ਸਿਸਟਮ ਅਤੇ ਹੁਣ ਚੱਲੇ ਆਪਾਂ ਪਰਲੀ ਸਾਈਡ ਬਾਈ ਜਿਹੜਾ ਪਰਲੀ ਸਾਈਡ ਪਿੱਛੇ ਵਾਲੀ ਸਾਈਡ ਉਹ ਕਿੱਧਰੋਂ ਜਾਏਗਾ ਸਿੱਧਾ ਓਕੇ ਅਤੇ ਹੁਣ ਪਿੱਛੇ ਜਾਣ ਵਾਸਤੇ ਇਸ ਤੋਂ ਸਿੱਧਾ ਆ ਜਿਹੜੀ ਪਾਰਕ ਹੈ ਪਾਰਕ ਤੋਂ ਰਸਤਾ ਆ ਅਤੇ ਰਸਤੇ ਰਸਤੇ ਆਪਾਂ ਜਾਣਾ ਆ ਇਹ ਜਿਹੜੇ ਗੁੰਮਟ ਸੀਗੇ ਅਸੀਂ ਦੇਖ ਸਕਦੇ ਹੋ ਇੱਕ ਦੋ ਤਿੰਨ ਚਾਰ ਪੰਜ ਛੇ ਗੁੰਮਟ ਹੈ ਚਾਰ ਗੁੰਮਟ ਇੱਕ ਦੋ ਤਿੰਨ ਚਾਰ ਚਾਰ ਇੱਧਰ ਚਾਰ ਉੱਧਰ ਅਤੇ ਇੱਕ ਸੈਂਟਰ ਦੇ ਵਿੱਚ ਠੀਕ ਆ ਜੀ ਇਹਨਾਂ 'ਚ ਖੜ੍ਹ ਕੇ ਜੀ ਆਪਾਂ ਥੋੜ੍ਹਾ ਬਹੁਤਾ ਫੰਕਸ਼ਨ ਕੀਤਾ ਆ ਅਤੇ ਇਹ ਹੈਗੀ ਹਰਸ਼ ਵਰਧਨ ਪਾਰਕ ਬਾਬਿਓ ਇੱਥੇ ਬਹਿ ਕੇ ਆਪਾਂ ਖਾਧੇ ਸੀਗੇ ਉਹ ਚਿਪਸ ਕੋਲਡ ਡਰਿੰਕ ਪੀਤੇ ਅਤੇ ਚਿਪਸ ਖਾਧੇ ਸੀਗੇ ਮੇਰੇ ਹਿਸਾਬ ਨਾਲ ਹਾਲੇ ਤੱਕ ਇਹ ਡਿਸਟਰਬਿਨ 'ਚ ਹੀ ਹੋਣੇ ਆ ਉਹ ਗਾਲਰ 'ਚ ਵੀ ਲੈ ਰਹੇ ਨਜ਼ਰ ਆਏ ਇੱਧਰ ਸ਼ੋਰਟਕੱਟ ਮਾਰੀ ਆਪਾਂ ਹੈਗੀ ਮੇਰੇ ਵੀਰੋ ਪਾਰਕ ਬੰਬ ਪਾਰਕ ਹੈ ਸਵੇਰੇ ਸਵੇਰੇ ਯਾਰ ਪਤਾ ਕਿਆ ਦੂਰ ਪੜ ਜਾਂਦਾ ਨਾ ਯਾਰ ਸਵੇਰੇ ਸਵੇਰੇ ਫਿਰ ਆਉਣ ਦਾ ਹੁਣ ਜਿੱਦਾਂ ਤੁਹਾਡਾ ਰਦੌਰ ਹੈ ਨਾ ਰਦੌਰ ਤੋਂ ਲਾਗੇ ਪੈਂਦਾ ਆ ਇੱਥੋਂ ਦੂਰ ਪੈਂਦਾ ਸਾਨੂੰ ਆਉਣੇ ਆਉਣੇ 'ਚ ਇੱਕ ਘੰਟਾ ਲਾ ਜਾਂਦਾ ਆ ਇੱਧਰ ਤਾਂ ਰਸਤਾ ਹੈ ਨਹੀਂ ਬਾਬੇ ਉੱਧਰ ਹੋਣਾ ਮੇਰੇ ਹਿਸਾਬ ਨਾਲ ਰਸਤਾ ਇਹ ਅਸੀਂ ਦੇਖ ਸਕਦੇ ਹੋ ਸ਼ੇਖ ਚਿੱਲੀ ਵਿਚਾਰਾ ਖੰਡਰ ਹੋਇਆ ਪਿਆ ਆ ਮੇਰੇ ਹਿਸਾਬ ਨਾਲ ਇੱਥੋਂ ਚੜ੍ਹਨਾ ਪੈਣਾ ਯਾਰ ਦੇਖ ਤਾਂ ਲਈਏ ਬਾਬੇ ਇੱਥੇ ਚੜ੍ਹਨਾ ਆ ਦੇਖੋ ਮਾਊਂਟ ਐਵਰੈਸਟ ਦੀ ਪਹਾੜੀਆਂ 'ਤੇ ਚੜ੍ਹ ਰਹੇ ਆਪਾਂ ਬਾਈ ਇਹਦਾ ਅਸੀਂ ਚੜ੍ਹਨਾ ਪੜੇਗਾ ਦੇਖੋ ਤੁਹਾਡੇ ਵਾਸਤੇ ਕੀ ਕਰ ਰਹੇ ਹਾਂ ਜੇ ਵੀਰੋ ਇਹ ਸੂਆ ਅੰਦਰ ਵੜ ਗਿਆ ਨਾ ਔਖਾ ਜਾਣਾ ਕੰਮ ਤਿੱਖੇ ਬੜੇ ਆ ਇਹ ਦੇਖੋ ਇਹ ਬਾਈ ਆਪਣੀ ਜਿਹੜੀ ਜਾਨ ਜੋਖਮ 'ਚ ਪਾ ਕੇ ਇਹ ਟੱਪੇਗਾ ਇੰਨੇ ਮੋਟੇ ਮੋਟੇ ਸੂਏ ਇਹ ਲਾ ਗਿਆ ਦਿਮਾਗ ਓਏ ਸ਼ੇਖ ਚਿੱਲੀ ਲਾ ਗਿਆ ਪੈਰ ਫਸ ਗਿਆ ਬਾਈ ਸ਼ੇਖ ਚਿੱਲੀ ਕਾ ਲਓ ਜੀ ਆਪਾਂ ਹੁਣ ਜਿਹੜਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਸ਼ੇਖ ਚਿੱਲੀ ਦਾ ਮਕਬਰਾ ਆ ਅਤੇ ਇੱਧਰ ਵਾਲੀ ਸਾਈਡ ਕੀ ਹੈ ਜਿਹੜਾ ਹੁਣ ਆਪਾਂ ਦੂਜੀ ਸਾਈਡ ਆਏ ਹਾਂ ਇੱਥੇ ਉਹ ਬਰਬਾਦ ਹੋ ਗਈ ਪਰ ਜੋ ਥੱਲੇ ਦੀ ਨੀਵਾਂ
ਨੀਵਾਂ ਸੀਗੀਆਂ ਉਹਨਾਂ ਦੀਆਂ, ਨੀਵ ਜਿਹੜੀ ਨੀਵ ਪੱਥਰ ਸੀਗਾ ਉਹ ਹਾਲੇ ਵੀ ਇਹਨਾਂ ਨੇ ਸੰਭਾਲ ਕੇ ਰੱਖਿਆ ਨਿਸ਼ਾਨੀ ਦੇ ਤੌਰ ਦੇ ਉੱਤੇ ਕਿ ਜਿਹਦੇ ਨਾਲ ਕੀ ਹੈ ਦੁਨੀਆ ਆਵੇ ਅਤੇ ਇਸ ਚੀਜ਼ ਨੂੰ ਦੇਖੇ। ਠੀਕ ਹੈ ਜੀ, ਅਤੇ ਇਹ ਦੇਖ ਸਕਦੇ ਹੋ ਬਾਬਿਓ, ਇਹ ਹੈਗਾ ਇੱਥੇ ਦਾ ਕੁਝ ਹਾਲ ਚਾਲ। ਇਹ ਉਸ ਟਾਈਮ ਦੇ ਉੱਤੇ ਜਿਹੜੀਆਂ ਬਰਬਾਦ ਸੀਗੀਆਂ, ਹੁਣ ਇਹ ਨਿਸ਼ਾਨੀਆਂ ਰਹਿ ਗਈਆਂ ਬਸ ਸਿਰਫ। ਸ਼ੇਖ ਚਿੱਲੀ ਦਾਰੂ ਨਹੀਂ ਪੀਂਦਾ ਸੀ ਬਾਬੇ ਇੱਥੇ। ਇਹ ਜਿਹੜਾ ਇਹ ਇੱਧਰ ਵਾਲੀ ਸਾਈਡ ਜਿਹੜਾ ਏਰੀਆ ਆ, ਇੱਧਰ ਵੀ ਜਿਹੜਾ ਪੁਰਾਣਾ ਏਰੀਆ ਮਤਲਬ ਕਿ ਉਸ ਟਾਈਮ ਦੇ ਉੱਤੇ ਬਰਬਾਦ ਹੋਇਆ ਪਿਆ ਆ, ਪੂਰਾ ਬਹੁਤ ਲੰਮਾ ਚੌੜਾ ਆ, ਤੁਸੀਂ ਦੇਖ ਸਕਦੇ ਦੂਰ ਦੂਰ ਤੱਕ ਜਿਹੜਾ ਆ ਬਰਬਾਦ ਹੋਇਆ ਪਿਆ ਆ। ਸਿਰਫ ਜਿਹੜੀ ਇਹ ਬਿਲਡਿੰਗ ਬਚੀ ਆ ਜਿਹੜੀ ਅੱਜ ਦੇ ਟਾਈਮ 'ਚ ਆਬਾਦ ਹੈ, ਅਤੇ ਬਾਕੀ ਸਾਰਾ ਏਰੀਆ ਬਰਬਾਦ ਹੋਇਆ ਪਿਆ ਆ, ਨੀਆਂ ਹੀ ਰਹਿ ਗਈਆਂ ਬਸ ਸਾਰੀਆਂ। ਅਤੇ ਵੈਸੇ ਸ਼ੇਖ ਚਿੱਲੀ ਨੇ ਪ੍ਰੋਪਰਟੀ ਤਾਂ ਵਾਹਲੀ ਸਾਂਭ ਕੇ ਰੱਖੀ ਇੱਥੇ, ਅਤੇ ਅੱਜ ਦੇ ਟਾਈਮ 'ਚ ਇੱਥੇ ਕੁੜੀਆਂ ਮੁੰਡੇ ਵੀ ਆਉਂਦੇ ਆ, ਉਹ ਦੇਖ ਸਕਦੇ ਤੁਸੀਂ, ਅਤੇ ਜਿਹੜੇ ਕਾਲਜਾਂ ਕੂਲਜਾਂ ਦੇ ਅਤੇ ਹੋਰ ਜਿੱਦਾਂ ਬਾਹਰ ਦੇ ਟੂਰਿਸਟ ਜਿਹੜੇ ਉਹ ਆਉਂਦੇ ਆ। ਇਹ ਬਾਈ ਅੱਜ ਸਾਡੇ ਨਾਲ ਜੁੜਿਆ ਆ, ਬੰਦਾ ਬੜਾ ਘੈਂਟ ਹੈ ਅਤੇ ਗੱਲਾਂ ਬਾਤਾਂ ਵਾਲੀਆਂ ਇਹਦੀਆਂ ਹੈਂਡਲ ਨੇ। ਅਤੇ ਇਹ ਤੁਸੀਂ ਦੇਖ ਸਕਦੇ ਇੱਥੇ ਥੋੜ੍ਹੀ ਜਿਹੀ ਮਤਲਬ ਕਿ ਇੱਟਾਂ ਦੀ ਚਨਾਈ ਦੇਖ ਸਕਦੇ ਕਿੰਨੀ ਮੋਟੀ ਹੈ, ਮਤਲਬ ਕਿ ਉਹ ਤੁਸੀਂ ਦੇਖ ਸਕਦੇ ਰੱਦਾ ਕਿੰਨਾ ਮੋਟਾ, ਮਤਲਬ ਕਿ ਚੜ੍ਹਾਈ, ਕਿਉਂ ਉਸ ਟਾਈਮ ਦੇ ਉੱਤੇ ਏ ਸੀ ਤਾਂ ਹੁੰਦੇ ਨਹੀਂ ਸੀਗੇ, ਅਤੇ ਇਹਦੇ ਕਾਰਨ ਕੀ ਹੈ ਜਿਹੜਾ ਆਪਣਾ ਕੰਧਾਂ ਮੋਟੀਆਂ ਹੋਣ ਦੇ ਕਾਰਨ ਇੱਥੇ ਕਮਰੇ ਸੀਗੇ ਉਹ ਠੰਡੇ ਰਹਿੰਦੇ ਸੀਗੇ, ਗਰਮੀ ਘੱਟ ਸੀਗੀ। ਆਪਣੀ ਇੱਕ ਲਾਸਟ ਰਹਿ ਗਈ ਹੈ ਬਸ, ਆਪਾਂ ਉਹ ਦੇਖ ਕੇ ਫਿਰ ਵਲੋਗ ਦਾ ਐਂਡ ਇੱਥੇ ਕਰਾਂਗੇ, ਅਤੇ ਫਿਰ ਆਪਾਂ ਬਾਈ ਦੇ ਨਾਲ ਜਾਣਾ ਆ ਦੰਗਲ ਦੇਖਣ। ਅਤੇ ਬਾਈ ਦਾ ਬਹੁਤ ਜ਼ੋਰ ਲੱਗ ਰਿਹਾ ਕੈਮਰਾ ਫੜ ਕੇ ਕੈਪਚਰ ਕਰਨ ਦਾ, ਕਿਉਂਕਿ ਬਾਈ ਵੀ ਇੱਕ ਵਲੋਗਰ ਹੈ ਅਤੇ ਐਡੀਟਰ ਵੀ ਹੈਗਾ ਆ, ਅਤੇ ਬਾਈ ਦੇ ਚੈਨਲ ਵੀ ਬੜੇ ਆ, ਅਤੇ ਇਸ ਟਾਈਮ ਦੇ ਉੱਤੇ ਸਕਸੈਸ ਦੋ ਹੀ ਨੇ, ਇੱਕ ਮਿਊਜ਼ਿਕ ਵਾਲਾ ਚੈਨਲ ਆ ਬਾਈ ਦਾ, ਅਤੇ ਇੱਕ ਜਿਹੜਾ ਦੂਸਰਾ ਚੈਨਲ ਕਿਹੜਾ ਆ ਦੰਗਲ ਦਾ ਬਾਈ, ਦੰਗਲ ਚੈਨਲ ਦਾ ਕੀ ਨਾਮ ਆ, ਸਟਾਰ ਦੰਗਲ, ਸਟਰੀਟ ਦੰਗਲ, ਸਟਰੀਟ ਦੰਗਲ ਦੇ ਨਾਮ 'ਤੇ ਚੈਨਲ ਆ ਬਾਈ ਦਾ। ਠੀਕ ਹੈ ਜੀ, ਅਤੇ ਉਹ ਪਰਲੀ ਸਾਈਡ ਕੁਰਸ਼ੇਤਰ ਥਾਣੇ ਸਰ ਦਾ ਆ ਘਾਟ। ਠੀਕ ਹੈ ਜੀ, ਇਹ ਲਾਸਟ ਰਹਿ ਜਾਂਦਾ ਆ ਜਿਹੜਾ ਲਾਸਟ ਸੰਰਚਨਾ ਜਿਹੜੀ ਇਹਨਾਂ ਦੀ ਆਪਣਾ ਇਸ ਏਰੀਏ ਦੀ, ਜਿਹੜੀ ਕਿ ਇਹ ਜਿਹੜੀ ਦੇ ਸ਼ੇਖ ਚਿੱਲਾ ਚੇਲੀ ਮਕਬਰਾ ਆ ਉਹਦੀ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਹੁਣ। ਬਾਕੀ ਜਿਹੜਾ ਆ ਕੁਰਸ਼ੇਤਰ ਮੰਦਰਾਂ ਅਤੇ ਗੁਰਦੁਆਰਾਂ ਦੇ ਨਾਮ ਦੇ ਉੱਤੇ ਵੀ ਬਹੁਤ ਜ਼ਿਆਦਾ ਪ੍ਰਸਿੱਧ ਹੈ, ਅਤੇ ਆਪਾਂ ਹੁਣ ਤਾਂ ਅੱਜ ਇਹੀ ਕੈਪਚਰ ਕਰਨ ਆਏ ਹਾਂ ਸਪੈਸ਼ਲ, ਫਿਰ ਅਗਲੇ ਦਿਨ ਆਪਾਂ ਆਵਾਂਗੇ ਇੱਕ ਵਾਰ ਫਿਰ ਹੋਰ, ਜਾਂ ਬਾਈ ਨੂੰ ਲਾਵਾਂਗੇ ਜੇ ਬਾਈ ਫ੍ਰੀ ਹੋਊਗਾ ਕੰਮਾਂ ਕਾਜਾਂ ਤੋਂ, ਅਤੇ ਫਿਰ ਬਾਈ ਨੂੰ ਲੈ ਕੇ ਚੱਲਾਂਗੇ, ਫਿਰ ਆਪਾਂ ਗੁਰਦੁਆਰਾ ਸਾਹਿਬ ਵੀ ਕੈਪਚਰ ਕਰਾਂਗੇ। ਉਸ ਦਿਨ ਆਪਾਂ ਤੜਕੇ ਤੜਕੇ ਆਵਾਂਗੇ ਸਵੇਰੇ। ਅਤੇ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਲਾਸਟ ਸੰਰਚਨਾ ਰਹਿ ਗਈ ਇੱਥੇ ਦੀ। ਠੀਕ ਹੈ ਜੀ, ਇਸ ਤੋਂ ਬਾਅਦ ਬਸ ਐਂਡ ਹੈ ਕੰਮ ਦਾ, ਅਤੇ ਉਮੀਦ ਹੈ ਕਿ ਤੁਹਾਨੂੰ ਇਹ ਬਹੁਤ ਵਧੀਆ ਲੱਗੇ ਹੋਣਗੇ, ਜਿਹੜੀਆਂ ਇੱਕ ਇਤਿਹਾਸ ਹੈ ਤੁਹਾਨੂੰ ਇਤਿਹਾਸ ਦੇ ਨਾਲ ਇੱਕ ਰੂਬਰੂ ਕਰਾਇਆ ਆ ਬਾਈ ਨੇ ਨਾਲ ਸਾਡੇ ਨਾਲ ਮਿਲ ਕੇ, ਅਤੇ ਮੈਨੂੰ ਵੀ ਬਹੁਤ ਚੰਗਾ ਲੱਗਿਆ। ਹੁਣ ਲਾਸਟ ਵਾਰ ਬਸ ਆਪਾਂ ਉੱਥੇ ਮੰਦਰ ਜਿਹੜਾ ਪੀਰ ਹੈ ਉਹਦੇ ਮੱਥਾ ਟੇਕ ਕੇ ਫਿਰ ਆਪਾਂ ਚੱਲਦੇ ਹਾਂ। ਇਸ ਸਾਈਡ ਤੁਸੀਂ ਦੇਖ ਸਕਦੇ ਹੋ ਪੂਰਾ ਦਾ ਪੂਰਾ ਇਹ ਸ਼ੇਖ ਚੇਲੀ ਦਾ ਮਕਬਰੇ ਵਾਲੀ ਦੀ ਥਾਂ ਹੈ। ਉੱਤੋਂ ਵੀ ਵਿਊ ਕੈ ਬਹੁਤ ਜ਼ਿਆਦਾ ਵਧੀਆ ਆ ਇਹਦਾ। ਮਤਲਬ ਕਿ ਥਾਂ ਤਾਲਾ ਲੱਗਿਆ ਹੋਇਆ ਇਹਨੂੰ, ਅਤੇ ਬਾਕੀ ਇੱਥੇ ਦੂਰ ਦੂਰ ਤੋਂ, ਅਤੇ ਆਪਾਂ ਵੀ ਮੱਥਾ ਟੇਕ ਦਈਏ ਕਿ ਪੀਰ ਫਕੀਰ ਦੀ ਥਾਂ ਹੋਣੀ ਹੈ। ਬਖਸ਼ੀ ਕਰੀ ਅਤੇ ਚੰਗੇ ਮੱਤ ਦੇਈ ਸਾਨੂੰ। ਅਤੇ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਆ ਗਿਆ ਆ ਜਿਹੜਾ ਆਪਣਾ ਸ਼ੇਖ ਚਿੱਲੀ ਦਾ ਮਕਬਰ ਆ, ਇਹਦੇ ਸਾਹਮਣੇ ਇੱਕ ਇੱਥੇ ਆ ਕਬਰ, ਇਹਦੇ ਪਿੱਛੇ ਵਾਲੀ ਕਬਰ ਹੈ। ਇੱਕ ਜੀ ਤੁਹਾਨੂੰ ਮੈਂ ਪਹਿਲਾਂ ਦੱਸੀ ਸੀਗੀ ਉੱਥੇ ਉਸ ਟਾਈਮ ਦੇ ਉੱਤੇ ਮਸਜਿਦ ਹੁੰਦੀ ਸੀਗੀ ਜਦੋਂ ਆਪਣਾ ਸ਼ੇਖ ਚਿੱਲੀ ਸੀਗਾ, ਅਤੇ ਇੱਥੇ ਨਮਾਜ਼ ਮੂਜ ਪੜ੍ਹਦਾ ਸੀਗਾ ਜੀ।
ਚਲੀਏ ਬਾਈ। ਇੱਕ ਇੱਥੇ ਵੀ ਮਸਾਦ ਬਣਾਈ ਹੋਈ ਹੈ, ਤੁਸੀਂ ਦੇਖ ਸਕਦੇ ਹੋ ਕਿਸੇ ਪੀਰ ਫਕੀਰ ਦੀ। ਇੱਥੇ ਕੋਈ ਮੱਥਾ ਮੁੱਥਾ ਟੇਕਦੇ ਹੋਣੇ, ਨੇੜੇ ਹੋ ਕੇ ਦਿਖਾਉਂਦੇ ਇੱਕ ਵਾਰ ਆਪਾਂ। ਇੱਥੇ 786 ਦੀ ਜੇ ਕਹਿੰਦੇ ਨੇ ਉੱਪਰ ਚਾਦਰ ਦਿੱਤੀ ਹੋਈ ਹੈ। ਇੱਥੇ ਕੋਈ ਮੇਲਾ ਮੂਲਾ ਜਾਂ ਕੋਈ ਮੱਥਾ ਮੁੱਠਾ ਟੇਕਦੇ ਹੋਣੇ ਨੇ ਵੀਰਵਾਰ ਨੂੰ ਆ ਕੇ। ਅਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਬਾਹਰ, ਕਿਉਂਕਿ ਬਹੁਤ ਜ਼ਿਆਦਾ ਘੁੰਮ ਫਿਰ ਲਿਆ ਆਪਾਂ, ਅਤੇ ਤੁਹਾਨੂੰ ਦਿਖਾ ਵੀ ਦਿੱਤਾ ਆ, ਇਤਿਹਾਸ ਨਾਲ ਵੀ ਜਾਣਕਾਰੀ ਦਵਾਤੀ ਹੈ, ਅਤੇ ਸ਼ੇਖ ਚਿੱਲੀ ਦਾ ਮਕਬਰਾ ਵੀ ਦਿਖਾ ਦਿੱਤਾ ਆ ਆਪਾਂ। ਅਤੇ ਗਰਮੀ ਵੀ ਬਹੁਤ ਆ, ਸਿਰ 'ਤੇ ਪਈ ਜਾ ਰਿਹਾ। ਅਤੇ ਅਗਲੇ ਵਲੋਗ 'ਚ ਤੁਹਾਨੂੰ ਦੰਗਲ ਦਿਖਾਵਾਂਗੇ, ਅਤੇ ਇਹ ਬਾਈ ਲੈ ਕੇ ਜਾਊਗਾ, ਕਿਉਂਕਿ ਬਾਈ ਨੂੰ ਨੋਟੀਫਿਕੇਸ਼ਨ ਆਉਂਦੇ ਰਹਿੰਦੇ ਦੰਗਲ ਦੇ। ਅਤੇ ਹੁਣ ਚੱਲਦੇ ਹਾਂ ਆਪਾਂ ਦੰਗਲ ਦੇਖਣ, ਐਡਵੈਂਚਰ ਕਰਦਾ ਆ, ਦੱਸਦਾ ਵਾ ਕਿੱਦਾਂ ਉਤਰਨਾ ਆ। ਪਹਿਲਾਂ ਇਹਨੇ ਪੈਰ ਫਸਾਇਆ, ਹੁਣ ਡਿੱਗਣਾ ਜਾਏ ਦੇਖੀ। ਲੈ ਬਾਈ ਉਤਰ ਗਿਆ ਜੀ, ਹੁਣ ਆਪਾਂ ਨੂੰ ਉਤਰਨਾ ਪੈਣਾ ਆ, ਹੁਣ ਆਪਾਂ ਦੇਖਦੇ ਹਾਂ। ਬਾਈ ਇੱਦਾਂ ਨਹੀਂ ਹੈ, ਨਹੀਂ 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 ਬਾਈ, ਕੱਚੀ ਗੋਲੀ ਨਹੀਂ ਖੇਲੀ, ਪੱਕੀਆਂ ਗੋਲੀ ਖੇਲੀ ਰੱਖੀ ਮਾਨੇ ਵੀ। ਲੈ ਬਾਈ ਹੁਣ ਆਪਾਂ ਪਾਰਕ ਦੇ ਅੰਦਰ, ਅਤੇ ਇਹ ਹੈਗਾ ਤਾਂ ਬੈਕ ਸਾਈਡ ਦਾ ਵਿਊ। ਅਤੇ ਬਾਬਿਓ ਹੁਣ ਆਪਾਂ ਹਰਸ਼ਵਰਧਨ, ਹੁਣ ਆਪਾਂ ਪਹੁੰਚ ਗਏ ਹਾਂ ਹਰਸ਼ਵਰਧਨ ਪਾਰਕ, ਠੀਕ ਹੈ। ਅਤੇ ਇਹਦੇ ਅੰਦਰ ਚਾਰ ਬਾਗ ਦੀ ਫੀਲਿੰਗ ਆਉਂਦੀ ਹੈ ਬਾਬਿਓ। ਅਤੇ ਉਹ ਸਾਹਮਣੇ ਆਉਣ ਵਾਲੇ ਟਾਈਮ ਦੇ ਉੱਥੇ ਕੀ ਆ ਕਾਊਂਟ, ਉਹ ਟਿਕਟਾਂ ਟੁਕਟਾਂ ਕੱਟਣ ਕਰਨੀਆਂ, ਤੁਹਾਨੂੰ ਦਿਖਾਉਂਦਾ ਮੈਂ ਇਹ ਜਗ੍ਹਾ ਦੇ ਉੱਤੇ, ਠੀਕ ਹੈ ਜੀ। ਮਤਲਬ ਕੁਝ ਨਾ ਕੁਝ ਬਣੂ ਗਾਣੇ ਵਾਲੇ ਟਾਈਮ ਦੇ ਉੱਤੇ, ਕਿਉਂਕਿ ਨਵਾਂ ਬਣ ਰਿਹਾ, ਅਤੇ ਇਹ ਫੁਹਾਰੇ ਫੁਹਾਰੇ ਬੰਦ ਹੋਏ ਹੋਏ ਇਸ ਟਾਈਮ ਦੇ ਉੱਤੇ, ਪਤਾ ਨਹੀਂ ਕਦੋਂ ਚੱਲਣਗੇ। ਇੱਥੇ ਲੱਗਦਾ ਫਲੈਗ ਫਲੁੱਗ ਲੱਗੂਗਾ, ਇਹ ਰੈਨੋਵੇਟ ਬਣ ਰਿਹਾ, ਹੌਲੀ ਹੌਲੀ ਕੰਮ ਚੱਲ ਰਿਹਾ ਇਹਦਾ। ਅਤੇ ਹੁਣ ਆਪਾਂ ਚੱਲਦੇ ਹਾਂ, ਕੰਮ ਖਤਮ ਹੋਣ ਵਾਲਾ ਆਪਣਾ ਵੀ, ਅਤੇ ਵਲੋਗ ਵੀ ਖਤਮ ਹੋਣ ਵਾਲਾ ਆ, ਠੀਕ ਆ ਜੀ। ਹੁਣ ਆ ਗਏ ਆਪਾਂ ਬਾਹਰ, ਇਹ ਹੈਗੀ ਇਹਦੀ ਇੱਧਰ ਵਾਲੀ ਸਾਈਡ, ਘੁੰਮ ਲਿਆ ਆ ਪੂਰਾ ਦਾ ਪੂਰਾ ਸ਼ੇਖ ਚਿੱਲੀ ਦਾ ਮਕਬਰਾ। ਅਤੇ ਹੁਣ ਆਪਾਂ ਚੱਲੇ ਹਾਂ ਬਾਈ ਦੇ ਨਾਲ ਜਿੱਥੇ ਦੰਗਲ ਹੋਣਾ ਆ, ਅਤੇ ਬਾਈ ਨੂੰ ਪਤਾ ਹੈ ਕਿਹੜਾ ਪਿੰਡ ਹੈ ਅਤੇ ਕਿਹੜੀ ਥਾਂ ਆ, ਅਤੇ ਆਪਾਂ ਉੱਥੇ ਜਾ ਕੇ ਦੇਖਦੇ ਹਾਂ ਕੀ ਹਿਸਾਬ ਕਿਤਾਬ ਹੈ। ਅਤੇ ਇਹ ਲਾਸਟ ਵਾਰ ਤੁਸੀਂ ਦੇਖ ਸਕਦੇ ਦੰਗਲ, ਦੰਗਲ ਕਹਿੰਦਾ ਪਿਆ ਸ਼ੇਖ ਚਿੱਲੀ ਦਾ ਮਕਬਰਾ। ਅਤੇ ਘੁੱਗੀਆਂ ਬਟੇਰਾਂ ਦਾ ਘਰ ਬਣਿਆ ਹੋਇਆ ਆ। ਅਤੇ ਬਾਕੀ ਉਮੀਦ ਹੈ ਕਿ ਤੁਹਾਨੂੰ ਚੈਨਲ ਵਧੀਆ ਲੱਗੇਗਾ, ਜੇ ਵਧੀਆ ਹੋਊਗਾ ਤਾਂ ਚੈਨਲ ਨੂੰ ਲਾਈਕ ਅਤੇ ਕਮੈਂਟ ਇਹਨੇ ਸ਼ੇਅਰ ਕਰ ਦਿਓ। ਅਤੇ ਹੁਣ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਜਿਹੜੇ ਬੰਦੇ ਆਪਣੇ ਨਵੇਂ ਜੁੜੇ ਆ ਤਾਂ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ। ਸਤਿ ਸ਼੍ਰੀ ਅਕਾਲ ਜੀ।